ਮੈਂ ਕਹਾਂ ਭੀਮ ਨਹੀਂ ਖਾਣਾ ਤੇ ਕਮੀਨੇ ਪੀਏ ਮੈਂ ਗਿਆ ਜੀ ਇੱਥੇ ਸ਼ਰਾਬ ਪੀਤੀ ਹੈ ਕਹਿੰਦੇ ਕੋਈ ਗੱਲ ਨਹੀਂ ਸ਼ਰਾਬ ਪੀਤੀ ਤਾਂ ਫਿਰ ਕੀ ਹੋਇਆ ਇੱਕ ਪੁਲਿਸ ਵਾਲਿਆਂ ਦੇ ਬਿਆਨ ਗੁਰਦੀਪ ਸਿੰਘ ਕਹਿੰਦੇ ਫਿਰ ਕੀ ਹੋਇਆ ਸ਼ਰਾਬ ਪੀਤੀ ਹੈ ਫਿਰ ਕੀ ਹੋਇਆ ਪਾਗਲ ਗਵਰਨਮੈਂਟ ਔਰ ਕਾਂਗਰਸ ਗਵਰਨਮੈਂਟ ਦੇ ਵਿੱਚ ਤੇ ਆਪ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਤੇ ਸਾਰੇ ਸਾਰੇ ਰਲੇ ਹੋਏ ਆ देखो नशा छड़ाऊ केंद्र मूरे क्यों पै गया रौला अकाली कांग्रेसी आप दा नशा छड़ाऊ केंद्र नाल की कनेक्शन क्यों विवादां च रहंदे ने पंजाब दे नशा छड़ाऊ केंद्र ते पुत नशे ते लगा होवे ता मापियां कोल इक आसरा बचदा है कि किसे नशा छड़ाऊ केंद्र लिया के उसनू इस दलदल दे विचों बाहर कढ़िया जावे पर जे नशा छड़ाऊ केंद्र ही नौजवानां दे नाल धोखा करन ते चार छिलड़ां खातर उन्हां दी जान नाल खेड़ जाण तां कसूर किस दा कढ़िया जावे इहो जिहा इक शर्मसार करन वाला मामला लुधियाणा तों सामने आया जिथे नशा छड़ाऊ केंद्र दे मुलाजमां ते गंभीर इल्जाम लगे ने इत्थे जिस परिवार दे नौजवान लड़के दी मौत हुई है उन्हां दे वल्लों लुधियाणा दे इक निजी हस्पताल विखे चल रहे नशा छड़ाऊ केंद्र ते इल्जाम लाए गए ने हस्पताल दे कुछ लोकां दी मिली भुगत दे नाल उन्हां दे नौजवान दी मौत हुई है परिवार दा कहना है कि नौजवान नूं हस्पताल दे कर्मचारियां ने पैसे लै के इंजैक्शन दिता ते उसदी मौत हो गई दूजे पासे मौके ते पुज्जे लुधियाणा पछमी दे आम आदमी पार्टी दे विधायक अते एसडीएम ने परिवार नूं जांच दा भरोसा दिता जिस तों बाद परिवारक मैंबरां दे वल्लों अपना धरना खत्म कीता गया की नाम है जी ਤੁਹਾਡਾ ਕਿਉਂ ਮੇਰਾ ਨਾਮ ਜਗਿੰਦਰ ਪਾਲ ਜੀ ਮੇਰੇ ਬੇਟੇ ਦੇ ਨਾਲ ਸਾਹਿਲ ਜੱਗੀ ਗੱਲ ਕੀ ਹੋਈ ਸਰ ਗੱਲ ਇਹ ਨਸ਼ਾ ਛਡਾਊ ਕੇਂਦਰ ਹੈ ਇੱਥੇ ਉਹਨੂੰ ਲਿਆਇਆ ਜੋ ਡਿੰਗ ਕਰਦਾ ਸੀ ਹਾਂਜੀ ਅਸੀਂ ਇੱਥੇ ਐਡਮਿਟ ਕਰਾਇਆ ਇਹਨਾਂ ਨੂੰ ਹਾਂਜੀ ਸ਼ਨੀਵਾਰ ਨੂੰ ਠੀਕ ਹੈ ਜੀ ਤੇ ਇਹਨਾਂ ਨੇ ਸਾਨੂੰ ਅਪਰਸਨ ਦਿੱਤਾ ਆਹ ਇਹ ਪਰ ਸਾਡੇ ਬੱਚੇ ਨੂੰ ਰੱਖ ਲਿਆ ਐਡਮਿਟ ਕਰ ਲਿਆ ਉਸ ਤੋਂ ਬਾਅਦ ਇਹ ਨਾਲ ਉਹਨੂੰ ਡਰਿੰਕ ਪਿਲਾਉਂਦੇ ਰਹੇ ਅੱਛਾ ਕਈ ਦਿਨ ਉਹਨੂੰ ਵਿੱਚ ਦੋ ਦਿਨ ਡਰਿੰਕ ਪਿਲਾਈ ਇਹਨਾਂ ਨੇ ਅਤੇ ਨਾਲ ਟ੍ਰੀਟਮੈਂਟ ਚੱਲਦਾ ਰਿਹਾ ਅੰਦਰ ਹੀ ਅੰਦਰ ਇਹਨਾਂ ਨੇ ਅੰਦਰ ਜਿਹੜੇ ਮੁਲਾਜ਼ਮ ਹੈਗੇ ਉਹਨਾਂ ਨੇ ਗੂਗਲ ਪੇ ਪੇਮੈਂਟ ਉਹਦੇ ਕੋਲ ਕਰਵਾਉਂਦੇ ਰਹੇ ਅਤੇ ਅੰਦਰ ਲਿਆ ਕੇ ਦਿੰਦੇ ਰਹੇ ਠੀਕ ਹੈ ਜੀ ਫਿਰ ਕੱਲ੍ਹ ਜਿਹੜਾ ਕੱਲ੍ਹ ਦਾ ਦਿਨ ਸੀ ਉਹਨਾਂ ਨੇ ਉਹਨੂੰ ਫਿਰ ਉਹਨੂੰ ਲਿਆ ਕੇ ਡਰਿੰਕ ਪਿਲਾਈ ਉਹ ਡਾਕਟਰ ਨੇ ਇੰਜੈਕਸ਼ਨ ਲਾ ਗਿਆ ਹਾਂਜੀ ਕੋਈ ਦਵਾਈ ਦੇ ਮੂੰਹ 'ਚ ਪਾ ਗਿਆ ਉਸ ਤੋਂ ਬਾਅਦ ਨਹੀਂ ਬੱਚਾ ਜੋਤ ਹੋ ਗਿਆ ਅੱਛਾ ਜੀ ਇਹਨਾਂ ਨੇ ਸਾਨੂੰ ਦੱਸਿਆ ਹੀ ਨਹੀਂ ਅੱਛਾ ਜੀ ਤੁਹਾਨੂੰ ਤੁਹਾਡੇ ਸਾਨੂੰ ਸ਼ਾਮ ਨੂੰ ਪਤਾ ਲੱਗਾ ਜੀ ਸਾਨੂੰ ਸਾਡੇ ਜਾਂਦਿਆਂ ਨੂੰ ਇਹਨਾਂ ਨੇ ਉਹਨਾਂ ਨੂੰ ਸਾਨੂੰ ਕਹਿੰਦੇ ਉਹ ਆਰਾਮ ਕਰ ਰਹੇ ਆ ਆਰਾਮ ਕਰ ਰਿਹਾ ਜਦੋਂ ਅਸੀਂ ਸ਼ਾਮ ਪੈ ਗਈ ਅਸੀਂ ਕਿਹਾ ਸਾਡਾ ਬੇਟੇ ਕੋਲ ਜਾਣ ਦਿਓ ਹਾਂਜੀ ਜਦੋਂ ਅਸੀਂ ਗਏ ਸਾਡਾ ਰੂਮ ਬਦਲ ਕੇ ਨਾ ਦੂਸਰੇ ਰੂਮ 'ਚ ਰੱਖਤਾ ਅੱਛਾ ਜੀ ਰੂਮ ਹੀ ਬਦਲਤਾ ਸਾਡੀ ਦੱਸੇ ਤੋਂ ਬਗੈਰ ਅੱਛਾ ਜੀ ਅਸੀਂ ਥੱਲੇ ਆਏ ਅਸੀਂ ਕਿਹਾ ਸਾਡੇ ਬੱਚੇ ਨੂੰ ਕੀ ਖਿਲਾਇਆ ਗਿਆ ਮੁੜ ਕੇ ਉਹ ਕੈਮਰੇ ਖੋਲ ਕੇ ਬਹਿ ਗਏ ਕੋਈ ਚੱਜ ਦਾ ਦਿਖਾਇਆ ਹੀ ਨਹੀਂ ਜਿਹੜਾ ਸਕਿਉਰਟੀ ਗਾਰਡ ਦਾ ਹਾਂਜੀ ਉਹ ਦੋਨੋਂ ਜਾਣੇ ਉੱਤੇ ਸ਼ਰਾਬ ਪੀਂਦੇ ਰਹੇ ਇਹਨਾਂ ਨੂੰ 4:30-4 ਵਜੇ ਅਸੀਂ ਲੱਭਿਆ ਉੱਪਰੋਂ ਜਾ ਕੇ ਅੱਛਾ ਜੀ ਉੱਤੋਂ ਕਹਿੰਦਾ ਇੱਥੇ ਤਾਂ ਸਾਰੇ ਸ਼ਰਾਬ ਪੀਂਦੇ ਵੀ ਆ ਮੈਂ ਫੀਮ ਵੀ ਕਹਿੰਦਾ ਲਿਆ ਕੇ ਵੇਚਦਾ ਇੱਥੇ ਕਹਿੰਦਾ ਮੈਂ ਫੀਮ ਵੀ ਲਿਆ ਕੇ ਵੇਚਦਾ ਮੈਂ ਫੀਮ ਵੀ ਖਾਧੀ ਹੋਈ ਜੀ ਜੇ ਜਿਹੜਾ ਬੰਦਾ ਸ਼ਰਾਬ ਪੀਤੀ ਹੋਈ ਤੁਸੀਂ ਉਹਦਾ ਮੁਲਾਜ਼ਾ ਕਰਾਇਆ ਮੁਲਾਜ਼ਾ ਪੁਲਿਸ ਨੂੰ ਦੇਤਾ ਸਵੇਰੇ 5 ਵਜੇ ਦੇਤਾ ਉਹਨੂੰ ਅੱਗੋਂ ਪੁਲਿਸ ਦੀ ਕਾਰਵਾਈ ਕਰਨ ਨੂੰ ਕਰਨ ਮੁਲਾਜ਼ਾ ਕਰਾਉਂਦੇ ਆ ਕਿ ਨਹੀਂ ਕਰਾਉਂਦੇ ਉਹਨਾਂ ਦੀ ਜ਼ਿੰਮੇਵਾਰੀ ਤੁਸੀਂ ਪੁਲਿਸ ਦੇ ਹਵਾਲੇ ਕੀਤਾ ਅਸੀਂ ਪੁਲਿਸ ਦੇ ਹਵਾਲੇ ਕਰਤਾ ਮੈਨੇਜਰ ਨੂੰ ਵੀ ਕਰਤਾ ਸੀ ਉਹਨੂੰ ਫੀਲਡ ਅਫਸਰ ਨੂੰ ਵੀ ਕਰਤਾ ਸੀ ਨਸ਼ੇ ਦੀ ਹਾਲਤ ਨਸ਼ੇ ਦੀ ਹਾਲਤ ਕੋਈ ਦਾਰੂ ਦੀ ਬੋਤਲ ਵੀ ਦਾਰੂ ਤੇ ਉਹਨਾਂ ਨੇ ਭਾਂਤੀਆਂ ਬੋਤਲਾਂ ਪਤਾ ਨਹੀਂ ਕਿਹੜੇ ਬੰਨੇ ਸੁੱਟੀ ਉਹਨੇ ਉੱਪਰੋਂ ਹੀ ਸੁੱਟੀ ਉਹਨੇ ਅੱਛਾ ਜੀ ਪੀਤੀ ਹੋਈ ਸੀ ਪੀਤੀ ਪੂਰਾ ਡਰਿੰਕ ਨਾਲ ਰੱਜਿਆ ਹੈ ਕਹਿੰਦਾ ਮੈਂ ਫੀਮ ਵੀ ਖਾਧੀ ਜੀ ਉੱਤੋਂ ਇੰਜ ਕਹਿੰਦਾ ਸਾਨੂੰ ਗੱਲ ਦੱਸਿਓ ਜੀ ਬੱਚੇ ਦੀ ਉਮਰ ਸੀਗੀ ਜੀ 31-32 ਸਾਲ ਦੇ ਵਿੱਚ ਵਿੱਚ ਬੱਚਾ ਵਿਆਹ ਹੋਇਆ ਸੀਗਾ 2 ਸਾਲ ਹੋਏ ਵਿਆਹ ਨੂੰ 2 ਸਾਲ ਹੋਏ ਜੇ ਵਿਆਹ ਨੂੰ ਕੋਈ ਬੱਚਾ ਸੀਗਾ ਬੱਚਾ ਨਹੀਂ ਨਹੀਂ ਜੀ ਕੋਈ ਨਹੀਂ ਬੱਚਾ ਕੋਈ ਨਹੀਂ ਮੁੰਡਾ ਤੇ ਸਾਡਾ ਹੀਰੇ ਵਰਗਾ ਮੁੰਡਾ ਸੀ ਇਹਨਾਂ ਨੇ ਮਾਰਤਾ ਹੀਰੇ ਵਰਗਾ ਮੁੰਡਾ ਸੀ ਸਾਡਾ ਮਾਰਤਾ ਕਿੰਨੇ ਹੋਰ ਕਿੰਨੇ ਭੈਣ ਭਰਾ ਨੇ ਜਿਨ੍ਹਾਂ ਨੂੰ ਬਲੇਟ ਇੱਕ ਸਿਸਟਰ ਹੈ ਇਹਦੀ ਇੱਕ ਆਪ ਹੈ ਕੱਲਾ ਮੁੰਡਾ ਸੀ ਕੱਲਾ ਮੁੰਡਾ ਮਾਮਲਾ ਆਇਆ ਗਿਆ ਜੀ ਡੀ ਐਡਿਕਸ਼ਨ ਸੈਂਟਰ 'ਚ ਰਾਤੀ ਇੱਕ ਪੇਸ਼ੈਂਟ ਦੀ ਡੈਥ ਹੋ ਗਈ ਦਾ ਫੈਮਿਲੀ ਇਜ਼ ਅਲੈਜਿੰਗ ਕਿ ਉਹਨਾਂ ਦੀ ਨੈਗਲੀਜੈਂਸ ਕਾਰਨ ਹੋਈ ਹੈ ਐਫ ਆਈ ਆਰ ਹੈਜ਼ ਬੀਨ ਰਜਿਸਟਰਡ ਅਤੇ ਹੁਣ ਬੋਡੀ ਦਾ ਪੋਸਟਮਾਰਟਮ ਹੋ ਰਿਹਾ ਹੈਗਾ ਅਤੇ ਦੈਟਸ ਇਟ ਸਰ ਕਹਿੰਦੇ ਹਸਪਤਾਲ ਨੂੰ ਫੋਰ ਦਾ ਟਾਈਮ ਬੀਂਗ ਬੰਦ ਕੀਤਾ ਜਾਊਗਾ ਪੇਸ਼ੈਂਟ ਇਤੋਂ ਸ਼ਿਫਟ ਕੀਤੇ ਜਾਣਗੇ ਦੇਰ ਇਜ਼ ਵਨ ਪੇਸ਼ੈਂਟ ਅਤੇ ਸ਼ੀ ਇਜ਼ ਬੀਂਗ ਸ਼ਿਫਟਡ ਟੂ ਅ ਪ੍ਰਾਈਵੇਟ ਵਾਰਡ ਉਹ ਉਹਨਾਂ ਦੀ ਫੈਮਿਲੀ ਦੀ ਕੰਸੈਂਟ ਕਰਕੇ
दूसरा जी एफ आई आर हैगी उस तो बाद डी बी आर वगैरह जो उन्होंने स्टेटमेंट्स देनी है जो विसरा के सैंपल दिन रिपोर्ट आन गई वो जो कार्रवाई बंदी होगी वो की जाएगी। सर कहते परिवारक मैंबर कहते भी एक दो जो व्यक्ति हॉस्पिटल का स्टाफ से उन्होंने पीती हुई दारू के पाया जाएगी नशे के हालत में पुलिस के हवाले किया। टू अर्ली टू से उन्होंने मेडिकल कराया जाएगा जो मेडिकल रिपोर्ट आएगी उस बंदी कार्रवाई की जाएगी। हैरानी की गल है कि नशा खत्म करने का दावा करने वाले कई लीडर ने सोआं भी खादिया ते इस कारण कुर्सियां भी छड़नियां पईयां पर ना तो कोई सरकार नशा वेचण खरीदण वाले नू नशर कर सकी है ते ना ही नशे दे दरिया की कोई वड्डी मच्छी सरकार की कुंडी च फसी है। नौजवानों दीयां मौतां हो रही ने ते अजिहे पता नहीं होर किन्ने नशा छड़ाऊ केंद्र ने जो नशे नाल बर्बाद नौजवानों का फायदा चुक रहे ने। इस मामले की जड़ तक पुछदिया पुलिस नू गंभीरता दे नाल जांच करनी चाहिए है ता जो पीड़ित परिवार नू इंसाफ मिल सके।